ਕੀ ਆ ਜਾਣ ਮੋਏ ਬਣੇ ਮੁੰਡਾ ਬਾਹਰ ਪਹੁੰਚ ਜਾਂਦਾ ਇਹਨਾਂ ਦੇ ਫੋਲੋ ਹੀ ਫੋਲੋ ਫੋਲੋ ਕੀ ਹੈ ਓਏ ਇੱਕ ਮਿੰਟ ਪਿੱਛੇ ਦਾ ਹੋਰ ਪਹਿਲਾਂ ਕਰ ਲੋ ਯਾਰ ਇਹਨਾਂ ਕੁਛ ਕੀਤਾ ਆ ਅਸੀਂ ਪਿਆਰ ਪਿੰਡ ਵਾਰੀ ਅਸੀਂ ਗਏ ਸੀ ਮੈਡਮ ਕਰਾਇਆ ਕਿ ਨਹੀਂ ਗਏ ਕਿਸੇ ਨੇ ਨਹੀਂ ਕੀਤਾ ਅਗਲੇ ਖੁੱਲੇ ਆਮ ਕਰ ਰਿਹਾ ਕੀ ਨਾਮ ਆ ਤੁਹਾਡਾ ਕੀ ਨਾਂ ਨੀ ਦੱਸਣਾ ਜਿਹਨਾਂ ਨੇ ਉੱਥੋਂ ਗੱਲਬਾਤ ਕੀਤੀ ਮੇਰੀ ਕੁੜੀ ਨਾਲ ਬਲੈਕਮੇਲ ਕੀਤਾ ਗਿਆ ਦੀਵਾਲੀ ਤੋਂ ਪਹਿਲਾਂ ਮੈਨੂੰ ਪਤਾ ਲੱਗਾ ਮੇਰੀ ਕੁੜੀ ਨੇ ਦੱਸਿਆ ਜਦੋਂ ਮੈਨੂੰ ਪਤਾ ਲੱਗਾ ਮੈਂ ਗੱਲਬਾਤ ਕੀਤੀ ਇਹਦੀ ਮਾੜੇ ਉਲਟ ਮੈਨੂੰ ਧਮਕੀਆਂ ਦਿੱਤੀਆਂ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਹੁਣ ਤਨਖਾਹ ਦਿੱਤੀ ਆ 25 ਨਵੰਬਰ ਦੀ ਮੇਰੇ ਤਹਿਤ ਮੈਨੂੰ ਧਮਕੀਆਂ ਮਿਲ ਰਹੀਆਂ ਆ ਤੁਸੀਂ ਹੱਲ ਮੈਂ ਤੈਨੂੰ ਮੇਰੇ ਪੈਸੇ ਦਿੰਦੇ ਆ ਮੇਰੀ ਕੋਈ ਸੁਣਵਾਈ ਜੇ ਮੇਰੀ ਸੁਣਵਾਈ ਨਾ ਹੋਈ ਜੇ ਕਹਿੰਦੇ ਮੈਂ ਕੁਛ ਨਹੀਂ ਮੈਂ ਹੋਰ ਪਰਿਵਾਰ ਦੇ ਮਰ ਜਾਣਾ ਸਾਡੀ ਇੱਜ਼ਤ ਦੀਆਂ ਧੱਜੀਆਂ ਉੱਡ ਗਈਆਂ ਆ ਕੋਈ ਮੈਨੂੰ ਸਾਫ ਨਹੀਂ ਮਿਲ ਗਿਆ ਮੈਂ ਸਾਰੇ ਪਾਸੇ ਜਾ ਕੇ ਚੱਕੇ ਖਾ ਕੇ ਦੇਖ ਲਿਆ ਹਾਂਜੀ ਮੇਰੀ ਕੁੜੀ ਬਿਊਟੀ ਪਾਰਲਰ ਤੇ ਕੰਮ ਸਿੱਖਦੀ ਸੀਗੀ ਮੇਰੀ ਕੁੜੀ ਨੇ ਕੋਰਸ ਕਰ ਲਿਆ ਸੀ ਪੂਰਾ ਮੈਡਮ ਬਾਹਰ ਚੱਲੀ ਸੀਗੀ ਤੇ ਮੇਰੀ ਕੁੜੀ ਨੂੰ ਬਿਊਟੀ ਪਾਰਲਰ ਸੌਂਪ ਗਈ ਇਹਦੇ ਮੁੰਡੇ ਨੇ ਨਸ਼ੀਲੀ ਚੀਜ਼ ਦੇ ਕੇ ਮੇਰੀ ਕੁੜੀ ਨੂੰ ਬਲਾਤਕਾਰ ਕੀਤਾ ਇਹਦੀ ਅਸ਼ਲੀਲ ਵੀਡੀਓ ਬਣਾਈ ਬਲੈਕਮੇਲ ਕਰਕੇ ਨਾ ਬਲਾਤਕਾਰ ਕਰਦਾ ਰਿਹਾ ਜਦੋਂ ਇਹਦੀ ਭੈਣ ਨੂੰ ਦੱਸਿਆ ਮੁੰਡੇ ਦੀ ਨੂੰ ਉਹਨੇ ਵੀ ਇਹਨੂੰ ਬਲੈਕਮੇਲ ਕੀਤਾ ਜਿੱਦਾਂ ਮੇਰਾ ਭਰਾ ਕਹਿੰਦਾ ਉਦਾਂ ਕਰ ਤੇਰਾ ਵਿਆਹ ਕਰ ਦੂੰਗਾ ਫਿਰ ਇਹਦੀ ਮਾਂ ਹੀ ਬਾਅਦ 6 ਮਹੀਨੇ ਬਾਅਦ ਉਹਨੂੰ ਵੀ ਕਿਹਾ ਉਹਨੇ ਵੀ ਕਿਹਾ ਜਿੱਦਾਂ ਮੇਰਾ ਮੁੰਡਾ ਕਹਿੰਦਾ ਉਦਾਂ ਕਰ ਇਹ ਸਾਡੇ ਲਈ ਛੋਟੀਆਂ ਗੱਲਾਂ ਆ ਕਹਿੰਦੀ ਹੈ ਮੇਰੀ ਮੁੰਡੀ ਕਿਤੜੀ ਕਹਿੰਦੀ ਮੈਂ ਆਪਣੀ ਮਾਂ ਨੂੰ ਦੱਸੂਗੀ ਮੇਰੀ ਮੁੰਡੀ ਨੂੰ ਕੁੜੀ ਦੇ ਥੱਪੜ ਸੁੱਪੜ ਮਾਰੇ ਇਹਨੂੰ ਟੋਰਚਰ ਕੀਤਾ ਗਿਆ ਧਮਕਾਇਆ ਗਿਆ ਸੁਣਦਾ ਨਾ ਕਰ ਚੱਡਾ ਫੜੀ ਬਿਊਟੀ ਪਾਰਲਰ ਮੈਂ ਮੇਰੀ ਕੁੜੀ ਨੇ ਮਾਰ ਆਪਣੇ ਆਪ ਨੂੰ ਦੂਜੀ ਕੀਤੀ ਕੁਛ ਨਹੀਂ ਮੈਂ ਮਰ ਜਾਣਾ ਮੈਂ ਆਪਣੀ ਮਾਂ ਨੂੰ ਦੱਸਣਾ ਨਹੀਂ ਤਾਂ ਇਹਨਾਂ ਨੇ ਮੇਰੀ ਕੁੜੀ ਨੂੰ ਇੰਨਾ ਟੋਰਚਰ ਕੀਤਾ ਅੰਦਰੋਂ ਗਤੀ ਫਿਰ ਮੇਰੀ ਕੁੜੀ ਨੇ ਇੱਕ ਵਾਰੀ ਫੋਨ ਕੀਤਾ ਮੈਨੂੰ ਕਹਿੰਦੀ ਮੰਮੀ ਮੈਂ ਤੁਹਾਡੇ ਨਾਲ ਗੱਲ ਕਰੀ ਮੈਂ ਕੁਛ ਦੱਸ ਕੀ ਗੱਲ ਕਰਨੀ ਇਹਨਾਂ ਨੇ ਫੋਨ ਖੋਲਿਆ ਮੇਰੀ ਕੁੜੀ ਤੋਂ ਤੇ ਮੈਨੂੰ ਕਹਿੰਦੇ ਵੈਸੇ ਡੁੱਲ ਗਈ ਆ ਕੁੜੀ ਕੋਲ ਤਾਰ ਆਉਂਦੀ ਆ ਹੈ ਮੈਨੂੰ ਕੁੜੀ ਨੂੰ ਦਵਾ ਚ ਰੱਖ ਲਿਆ ਇਹਨਾਂ ਨੇ ਫੇਰ ਦੁਬਾਰਾ ਮੇਰੀ ਕੁੜੀ ਨੂੰ ਤੇ ਕਹਿੰਦੇ ਕੋ ਤੇਰਾ ਵਿਆਹ ਕਰ ਦਿੰਦਾ ਘਰੇ ਨਾ ਕੋਈ ਗੱਲ ਦੱਸੀ ਮੇਰੀ ਕੁੜੀ ਨੂੰ ਵਿਆਹ ਦੇ ਚਾਂਸੇ ਦੇ ਕੇ ਮਾਂ ਵੀ ਗਲਤ ਕਰਾਉਂਦੀ ਰਹੀ ਭੈਣ ਵੀ ਗਲਤ ਕਰਾਉਂਦੀ ਰਹੀ ਸਾਰੇ ਰਲੀ ਮਿਲੀ ਇਹਨਾਂ ਦੀ ਸਾਜ਼ਿਸ਼ ਹੋਈ ਆ ਵਾਜਬ ਵਿਸ਼ਵਾਸ ਕਰ ਕੀ ਮੰਗ ਕਰਦੇ ਮੈਂ ਕਹਿੰਦੀ ਇਹਨਾਂ ਤੇ ਕਾਰਵਾਈ ਹੋਵੇ ਜੋ ਬਣਦਾ ਯਾਰ ਬਲਤਕਾਰ ਕੇਸ ਕਾਰਵਾਈ ਹੋਣੀ ਨਹੀਂ ਉਹ ਹੋਣੀ ਚਾਹੀਦੀ ਹੈ ਕਾਰਵਾਈ ਉਸ ਕਾਰਵਾਈ ਹੋਣੀ ਚਾਹੀਦੀ ਆ 25-11 ਦੇ ਹੋਇਆ ਕੀ ਆ ਜੀ ਮੈਂ ਪਾਰਲਰ ਦੇ ਵਿੱਚ ਕੰਮ ਕਰਦੀ ਸੀ ਉਹਨਾਂ ਦੀ ਮੰਮੀ ਜਦੋਂ ਬਾਹਰ ਗਏ ਜਿੱਦਾਂ ਮੰਮੀ ਨੇ ਦੱਸਿਆ ਕਿ ਸਾਰੀ ਗੱਲ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮੈਂ ਸੁਸਾਈਡ ਕਰਨ ਲੱਗੀ ਮੈਨੂੰ ਇੰਨਾ ਕੁ ਵਿਸ਼ਵਾਸ ਕਰਾਤਾ ਵੀ ਤੁਹਾਡਾ ਵਿਆਹ ਕਰ ਦੇਣਾ ਗੱਲ ਕਿਤੇ ਹੋਰ ਨਾ ਕਰੀ ਹਰ ਜਗ੍ਹਾ ਮੈਨੂੰ ਰਿਸ਼ਤੇਦਾਰੀ ਦੇ ਵੀ ਲੈ ਕੇ ਜਾਣਾ ਸ਼ੁਰੂ ਕਰਤੇ ਮੈਨੂੰ ਇੰਨਾ ਕੁ ਵਿਸ਼ਵਾਸ ਕਰਾਤਾ ਕਹਿੰਦੇ ਨੋਰਮਲ ਗੱਲਾਂ ਵਾ ਤੂੰ ਸਾਡੀ ਨੂੰਹ ਵਾਂਗੂ ਰਹਿਣਾ ਤੇ ਮੁੰਡੇ ਦੇ ਨਾਲ ਮੈਨੂੰ ਘਰ ਵਾਲੀ ਵਾਂਗੂ ਰੱਖਣ ਲੱਗ ਗਏ ਰਾਤਾਂ ਘਰੇ ਰੱਖਣ ਲੱਗ ਗਏ ਆਪਣੇ ਕਿ ਮੈਨੂੰ ਉਹਦੇ ਨਾਲ ਕਹਿਣਾ ਤੂੰ ਜਾ ਉਹਦੇ ਨਾਲ ਕਮਰੇ 'ਚ ਬਹਿ ਜਾ ਹੁਣ ਤਾਂ ਤੁਸੀਂ ਮੀਆਂ ਬੀਬੀਆਂ ਹੀ ਹੋ ਥੋੜਾ ਕੁ ਚਿਰ ਹੋਇਆ ਮੈਨੂੰ ਪਤਾ ਲੱਗਾ ਉਹਦਾ ਬਾਹਰੋਂ ਵੀਜ਼ਾ ਆ ਗਿਆ ਤੇ ਮੈਂ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਭਜਾਨ ਕੇ ਜਦੋਂ ਮੈਂ ਆਪਣੇ ਘਰੇ ਫੋਨ ਕਰਕੇ ਕੀਤਾ ਮੇਰੀ ਮੰਮੀ ਗੱਲ ਕਰਨ ਆਏ ਸਾਨੂੰ ਬੇਵਕੂ ਬਣਾ ਕੇ ਕਹਿੰਦੀ ਮੈਂ ਤੁਹਾਨੂੰ ਜਾਨੋ ਮਰਵਾ ਦੇਣਾ ਜੇ ਤੁਸੀਂ ਕੁਛ ਕੀਤਾ ਉਹਨੇ ਮੁੰਡਾ ਬਾਹਰੋਂ ਬਾਹਰ ਭਜਾ ਦਿੱਤਾ ਹੁਣ ਸਾਨੂੰ ਨਹੀਂ ਪਤਾ ਮੁੰਡਾ ਕਿੱਥੇ ਗਈ ਉੱਤੋਂ ਦੀ ਨਾ ਲੋਕਾਂ ਨੂੰ ਵਿੱਚ ਪਾ ਕੇ ਕਹਿੰਦੇ ਕੰਪਲੇਂਟ ਵਾਪਸ ਲੈ ਲਓ ਬਲਵਿੰਦਰ SHO ਨੇ ਸਾਨੂੰ ਇੰਨਾ ਭੜਕਾਇਆ ਕੰਪਲੇਂਟ ਵਾਪਸ ਲੈ ਲਓ ਨਹੀਂ ਤਾਂ ਅਸੀਂ ਆਪੇ ਕਹਿੰਦੇ ਉਲਟਾ ਪਰਚਾ ਤੁਹਾਡੇ ਤੇ ਬਣਵਾਉਣਾ ਪੁਲਿਸ ਦੇ ਹੱਥ ਸਾਰਾ ਕੁਛ ਹੁੰਦਾ ਜੋ ਚਾਹੇ ਕਰ ਸਕਦੀ ਆ ਕਹਿੰਦੇ 20 ਲੱਖ ਰੁਪਇਆ ਲੈ ਲਓ ਰਾਜ਼ੀਨਾਮਾ ਕਰ ਲਓ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਸਰਕਾਰ ਜਿਹਦੇ ਕੋਲ ਪਾਵਰ ਤੇ ਪੈਸਾ ਹੁੰਦਾ ਬਹੁਤ ਕੁਛ ਕਰ ਸਕਦੇ ਆ ਜਦੋਂ ਅਸੀਂ ਮਰਾਂਗੇ ਅਸੀਂ ਲਿਖ ਕੇ ਜਾਵਾਂਗੇ ਕਿਹੜੇ ਕਿਹੜੇ MLA ਵਿੱਚ ਰਲੇ ਹੋਏ ਆ ਸਾਰੀ ਸਰਕਾਰ ਵਿੱਚ ਰਲੀ ਹੋਈ ਕੁਛ ਨਹੀਂ ਕਰਦੇ ਉੱਤੋਂ SHO ਨੇ ਵੀ ਮੈਨੂੰ ਇੰਨਾ ਧਮਕਾਇਆ ਉਭਰੋ ਦੀ ਕਹਿੰਦੇ ਸਾਰੇ ਮੁੰਡੇ ਕੁੜੀਆਂ ਲਈ ਨੋਰਮਲ ਹੁੰਦਾ ਹੈ ਸਾਰਾ ਕੁਛ ਇਨਸਾਫ ਦੀ ਮੰਗ
ਔਰ ਸ਼ਰੇਆਮ ਘੁੰਮਦੇ ਪਏ ਆ, ਉਹਨਾਂ ਨੂੰ ਕੋਈ ਹੈ ਨੀ, ਪੁਲਿਸ ਕਰਦੀ ਪਈ, ਸਿਰਫ ਸਾਨੂੰ ਹੀ ਡਰਾਈ ਧਮਕਾਈ ਜਾ ਰਹੀ ਹੈ। 25 ਤਰੀਕ ਦੀ ਦਰਖਾਸਤਾਂ ਦਿੱਤੀਆਂ ਭਗਵੰਤ ਮਾਨ ਤੱਕ, ਉੱਪਰ ਵੀ ਪਾਈਆਂ ਹੋਈਆਂ, ਹਲੇ ਤੱਕ ਕੋਈ ਕਾਰਵਾਈ ਨੀ ਹੋਈ। ਹਾਂਜੀ, ਇੱਕ ਡੈਫੋਡੀਲ ਬਿਊਟੀ ਪਾਰਲਰ ਦੇ ਬੇਟੀ ਨੂੰ ਲਗਾਇਆ ਸੀਗਾ, ਜਿੱਥੇ ਉਹਨੇ ਕੰਮ ਵੀ ਸਿੱਖਿਆ ਤੇ ਪਰਿਵਾਰ ਮੈਂਬਰਾਂ ਵੀ ਉਹਨਾਂ ਨੇ ਉਹਨਾਂ ਨੂੰ ਰੱਖਿਆ ਵੀ ਸੀ ਪਹਿਲਾਂ। ਬਚਨ ਉਹਨਾਂ ਦੇ ਮੁੰਡੇ ਨੇ ਕੋਈ ਨਸ਼ੀਲਾ ਪਦਾਰਥ ਦੇਖਣਾ, ਗਲਤ ਕੰਮ ਕੀਤਾ, ਅਸ਼ਲੀਲ ਵੀਡੀਓ ਬਣਾਈ। ਉਸ ਤੋਂ ਬਾਅਦ ਉਹਨਾਂ ਦੀ ਮਾਂ ਨੂੰ ਵੀ ਦੱਸਿਆ ਗਿਆ, ਉਹਦੀ ਭੈਣ ਨੂੰ ਵੀ ਦੱਸਿਆ ਗਿਆ, ਉਹਨਾਂ ਨੇ ਇਹਨੂੰ ਝਾਂਸੇ 'ਚ ਲੈ ਲਿਆ ਵੀ ਤੇਰਾ ਵਿਆਹ ਕਰ ਦੇਵਾਂਗੇ। ਪਰ ਜਦੋਂ ਮੁੰਡੇ ਨੂੰ ਉਹਨਾਂ ਨੇ ਨਾ ਬਾਹਰ ਭੇਜ ਦਿੱਤਾ, ਸਾਨੂੰ ਕੁੜੀ ਨੇ 4 ਦਿਨ ਪਹਿਲਾਂ ਦੱਸਿਆ ਮੁੰਡੇ ਜਾਣ ਤੋਂ, ਉਹਦੀ ਮਾਂ ਨੂੰ ਵੀ ਮਿਲੀ, ਸਾਡੀ ਮਿਸੇਜ ਵੀ ਮਿਲੇ, ਸਾਡਾ ਪਰਿਵਾਰ ਮਿਲਿਆ। ਪਹਿਲਾਂ ਕਹਿੰਦੇ ਕੋਈ ਨੀ ਬਹਿ ਕੇ ਗੱਲ ਕਰ ਲੈਂਦੇ, ਜਦੋਂ ਮੁੰਡਾ ਬਾਹਰ ਚਲਾ ਗਿਆ ਕਹਿੰਦੇ ਹੁਣ ਨੀ ਅਸੀਂ ਕੋਈ ਗੱਲਬਾਤ ਕਰਨੀ, ਜੋ ਤੁਸੀਂ ਕੱਲ੍ਹ ਕਰ ਲਓ। ਅਸੀਂ 25-11 ਦੀ CP ਦਫ਼ਤਰ ਤੋਂ ਮਾਰਕ ਹੋਈ ਆ, ਜੋ ਮੈਡਮ ਸਰਾਂ ਦੇ ਥਰੂ ਹੁੰਦੇ ਸੂਤ ਸਾਹਿਬ ਕੋਲ ਗਈ, ਉਸ ਤੋਂ ਬਾਅਦ ਸੁੰਦਰ ਨਗਰ ਗਈ। ਸੁੰਦਰ ਨਗਰ ਬਲਵਿੰਦਰ ਸਿੰਘ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਉਹਨੇ ਸਾਡੇ ਪਰਿਵਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਮਰਵਾ ਦੇਣਗੇ ਫਲਾਨਾ, ਉਹਨਾਂ ਦੀ ਪਾਵਰ ਬਹੁਤ ਵਾ। ਅਸੀਂ ਮੌਜੂਦਾ ਜੋ ਉੱਧਰ ਦੇ ਨਜ਼ਦੀਕ ਦੇ ਜੋ ਵੀ ਪ੍ਰਸ਼ਾਸਨ ਸੀ, ਅਸੀਂ ਉਹਨਾਂ ਨੂੰ ਵੀ ਜਾ ਕੇ ਮਿਲੇ, ਪਰ ਉਹਨਾਂ ਨੂੰ ਵੀ ਫੈਸਲਾ ਕਰ ਲਓ ਜੋ ਹੁੰਦਾ ਤਾਂ। ਜਿਹਨਾਂ ਦੀ ਧੀ ਭੈਣ ਦੀ ਇੱਜ਼ਤ ਉੱਡ ਜਾਂਦੀ, ਸਾਨੂੰ ਹੁਣ ਕੋਰਟ ਕਚਹਿਰੀਆਂ ਨਾਲ ਕੀ ਦੂਜਾ? ਅਸੀਂ ਤਾਂ ਜੋ ਅਸੀਂ ਰੋਡ 'ਤੇ ਆਈ ਗਏ ਹਾਂ, ਅਸੀਂ ਪ੍ਰਸ਼ਾਸਨ ਤੋਂ ਔਰ ਭਗਵੰਤ ਮਾਨ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਕਿ ਸਾਨੂੰ ਫੈਸਲਾ ਦਿੱਤਾ ਜਾਵੇ। ਇੱਕ ਪਾਸੇ ਉਹ ਕਹਿੰਦੇ ਧੀਆਂ ਨੂੰ ਬਚਾਓ, ਧੀਆਂ ਦੇ ਅਸੀਂ ਹੱਕ ਦੇਵਾਂ, ਪਰ ਧੀਆਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਮੈਡਮ ਸਰਾਂ ਵੀ ਦੇਖੋ, ਇੱਕ ਮੈਡਮ ਆ, ਅਸੀਂ ਉਹਨਾਂ ਕੋਲ 3 ਵਾਰ ਜਾ ਕੇ ਆਏ, ਉਹਨੀ ਬਸ ਸਾਨੂੰ 2 ਹੀ ਚੀਜ਼ਾਂ ਕਹਿਣੀਆਂ, ਅਸੀਂ ਥੱਲੇ ਫੋਨ ਕਰਤਾ, ਅਸੀਂ ਫੋਨ ਕਰਤਾ, ਬਸ ਹੋਰ ਸਾਨੂੰ ਕੋਈ ਅਜੇ ਤੱਕ ਨਹੀਂ। ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ, ਸਾਨੂੰ ਇਨਸਾਫ਼ ਦਿੱਤਾ ਜਾਵੇ, ਨਹੀਂ 2 ਦਿਨ ਬਾਅਦ ਅਸੀਂ ਮਰ ਜਾਣਾ। ਅਸੀਂ ਨਾਂ ਲਿਖ ਕੇ ਜਾਵਾਂਗੇ ਪ੍ਰਸ਼ਾਸਨ ਵਾਲੇ ਕਿਹੜੇ ਕਿਹੜੇ ਆ, ਬਾਕੀ ਬਾਅਦ ਵਿੱਚ ਤੁਹਾਡੇ ਸਾਹਮਣੇ ਜਾਗਰੂਕ ਹੋ ਜਾਓ।